ਸੇਫਟੀ ਬਿੱਲ ਲੋਕ ਸਭਾ 'ਚ ਪਾਸ ਹੋ ਗਿਆ, ਜਿਹਦੇ 'ਚ ਡੈਮਾਂ ਦਾ ਅਧਿਕਾਰ ਤਾਂ ਹੈਗਾ ਜਾਂ ਦਰਿਆਵਾਂ ਦਾ ਅਧਿਕਾਰ ਵੀ ਕੇਂਦਰ ਕੋਲ ਚਲੇ ਜਾਣਾ ਸਾਡੇ ਹੱਕਾਂ 'ਤੇ, ਇਹ ਸਿੱਧਾ ਡਾਕਾ ਪੰਜਾਬ ਦੇ ਹੱਕਾਂ 'ਤੇ ਡਾਕਾ ਜਿਹੜਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਕਰਦੇ ਹਾਂ MPਾਂ ਨੂੰ ਮੂਹਰੇ ਲੱਗਣ ਸਾਡੇ 13 ਦੇ 13, ਬਾਕੀ ਰਾਜ ਸਭਾ ਮੈਂਬਰ ਲੱਗਣ, ਅਸੀਂ ਮਗਰ ਬੈਠਣ ਨੂੰ ਤਿਆਰ ਹਾਂ, ਵੱਡਾ ਧਰਨਾ ਲਾਉਣ ਨੂੰ ਤਿਆਰ ਹਾਂ, ਪਰ ਇਸ ਤਰ੍ਹਾਂ ਨਾ ਕਰਨ, ਪੰਜਾਬ ਨਾ ਧਰੋ ਨਾ ਕਮਾਉਣ। ਨਵੰਬਰ ਦੇ ਵਿੱਚ ਅਸੀਂ ਪ੍ਰੋਗਰਾਮ ਬਣਾ ਕੇ ਹਮਖਿਆਲੀ ਜਥੇਬੰਦੀਆਂ ਨਾਲ ਐਤਕੀ ਅਸੀਂ ਖਸ ਖਸ ਵਜਾਵਾਂਗੇ ਵੀ, ਇਹਦੇ ਲਈ ਲੋਕਾਂ ਨੂੰ ਅਸੀਂ ਲਾਮਬੰਦ ਕਰਦੇ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਅੱਜ ਕਿਸਾਨੀ ਮੰਗਾਂ ਦੀ ਪ੍ਰਾਪਤੀ ਲਈ ਬਰਨਾਲਾ ਵਿਖੇ ਰੋਸ ਮਾਰਚ ਕਰਦਿਆਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਂ ਇੱਕ ਮੰਗ ਪੱਤਰ ਵੀ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ, ਸੂਬਾ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਅਤੇ ਮਹਿੰਦਰ ਸਿੰਘ ਵੜੈਚ ਆਦਿ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਜੇਕਰ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਬਚਾਉਣਾ ਚਾਹੁੰਦੀ ਹੈ ਤਾਂ ਹੋਰਨਾਂ ਸੂਬਿਆਂ ਵਾਂਗ ਪੰਜਾਬ ਵਿੱਚ ਵੀ ਖਾਸ ਖਾਸ ਦੀ ਖੇਤੀ ਦੀ ਸ਼ੁਰੂਆਤ ਕਰਾਵੇ। ਅਸੀਂ ਸਾਰੇ ਪੰਜਾਬ ਦੇ ਵਿੱਚ ਧਰਨੇ ਦੇ ਰਹੇ ਹਾਂ। ਅੱਜ ਸਾਡਾ ਇਹ 6ਵਾਂ ਧਰਨਾ ਹੈਗਾ ਬਰਨਾਲੇ ਦੇ ਵਿੱਚ। ਸਾਡੀਆਂ ਜਿਹੜੀਆਂ ਮੁੱਖ ਮੰਗਾਂ ਨੇ ਉਹਦੇ 'ਚ ਇੱਕ ਤਾਂ ਜਿਹੜੇ ਅਵਾਰਾ ਪਸ਼ੂ ਆ, ਇੱਕ ਪਾਲਤੂ ਪਸ਼ੂ ਵੀ ਆ, ਉਹਨਾਂ ਦੇ ਝੁੰਡਾਂ ਦੇ ਝੁੰਡ ਫਿਰਦੇ ਆ, ਉਹ ਇੱਕ ਕਾਨੂੰਨ ਆ। ਅਸੀਂ ਸਾਰੇ 6 ਜਿਹੜੇ ਡਿਸਟ੍ਰਿਕਟਾਂ 'ਚ ਮੈਂ ਗਿਆ ਉੱਥੇ DC ਵੱਲੋਂ 144 ਲਗਵਾ ਦਿੱਤੀ ਗਈ ਆ। ਅੱਜ ਜੇ DC ਸਾਹਿਬ ਹੋਣਗੇ ਤਾਂ ਇੱਥੇ ਵੀ ਅਸੀਂ ਲਗਵਾਵਾਂਗੇ ਵੀ ਜਿਹੜਾ ਪਾਲਤੂ ਪਸ਼ੂ ਵੀ ਆ ਬਿਨਾਂ ਸੰਗਲੀ ਜਾਂ ਬਿਨਾਂ ਰੱਸੇ ਤੋਂ ਬਾਹਰ ਨਹੀਂ ਕੱਢ ਸਕਦਾ, ਕਿਉਂਕਿ ਕਿੰਨੇ ਵੀ ਅਸੀਂ ਦਰਖਤ ਲਾਏ ਆ, 550 ਬੂਟਾ ਸਾਨੂੰ ਪਿੰਡਾਂ 'ਚ ਵੀ ਦਿੱਤਾ, ਪਰ ਉਹਦਾ ਕੋਈ ਫਾਇਦਾ ਨਹੀਂ ਹੋਣਾ। 10-15 ਸਾਲਾਂ ਤੋਂ ਅਸੀਂ ਲਾਉਂਦੇ ਆ ਰਹੇ ਹਾਂ ਪਰ ਕੋਈ ਬੂਟਾ ਪੈਦਾ ਨਹੀਂ ਹੁੰਦਾ। ਅਸੀਂ ਉਹ ਵੀ ਬੇਨਤੀ ਕਰਨ ਆਏ ਹਾਂ, ਉਹ DC ਸਾਹਿਬ ਦੇ ਲੈਵਲ ਦੀਆਂ ਗੱਲਾਂ ਨੇ ਵੀ 144 ਲਾਉਣ, ਵੀ ਉਹਨਾਂ ਨੂੰ ਬੰਦ ਕਰਨ। ਦੂਜੀ ਸਾਡੀ ਵੱਡੀ ਮੰਗ ਜਿਹੜੀ ਅਸੀਂ ਬੜੇ ਸਾਲਾਂ ਤੋਂ, 4 ਸਾਲ ਪਹਿਲਾਂ ਵੀ ਅਸੀਂ ਅਵਾਰਾ ਪਸ਼ੂ ਕਚਹਿਰੀਆਂ 'ਚ ਵੀ ਇੱਥੇ ਵੀ ਛੱਡੇ ਸੀ, ਸਾਰੇ ਪੰਜਾਬ 'ਚ ਛੱਡੇ ਸੀ। ਹੁਣ 3 ਮਹੀਨੇ ਪਹਿਲਾਂ ਅਸੀਂ CM ਸਾਹਿਬ ਨੂੰ ਵੀ ਸੌਂਪ ਕੇ ਆਏ ਹਾਂ, ਚੰਡੀਗੜ੍ਹ ਵੀ ਅਵਾਰਾ ਪਸ਼ੂ ਅਸੀਂ ਛੱਡ ਕੇ ਆਏ ਹਾਂ। ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਸੀ ਵੀ 1-2 ਮਹੀਨੇ 'ਚ ਕੋਈ ਇਲਾਜ ਕਰ ਦੇਵਾਂਗੇ, ਪਰ ਕੋਈ ਹੱਲ ਨਹੀਂ ਹੋਇਆ। ਉਹਦੇ ਲਈ ਅਸੀਂ ਸਰਕਾਰ ਨੂੰ ਜਗਾਉਣ ਦੇ ਲਈ ਇਹ ਧਰਨੇ ਅਸੀਂ ਸਾਰੇ ਪੰਜਾਬ ਦੇ ਵਿੱਚ ਸ਼ੁਰੂ ਕੀਤੇ ਆ ਵੀ ਇਹਨਾਂ ਦਾ ਪ੍ਰਬੰਧ ਕਰੋ, ਅਤੇ ਅਸੀਂ ਮੰਗ ਕਰਦੇ ਹਾਂ ਵੀ ਪੰਜਾਬ ਦੇ ਵਿੱਚ ਜਿਵੇਂ ਹੋਰ ਰਾਜਾਂ ਦੇ ਵਿੱਚ ਸਲੈਕਟਰ ਹਾਊਸ ਆ, ਘੱਟੋ ਘੱਟ 5 ਸਲੈਕਟਰ ਹਾਊਸ ਲੱਗਿਆ ਜਾਣ। ਕੋਈ ਹੋਰ ਹੱਲ ਨਹੀਂ ਹੋ ਸਕਦਾ, ਕਿਉਂਕਿ 2 ਲੱਖ ਅਵਾਰਾ ਡੰਗਰ ਸੜਕਾਂ 'ਤੇ ਫਿਰਦਾ, 1 ਲੱਖ ਜਿਹੜੇ ਗਊਸ਼ਾਲਾਂ 'ਚ ਫਿਰਦਾ। ਦੂਜੀ ਵੱਡੀ ਮੰਗ ਆ ਪਾਣੀਆਂ ਦੀ, ਸਾਡੀ ਵੱਡੀ ਮੰਗ ਆ ਜਿਹੜਾ ਨਹਿਰਾਂ ਦਾ ਪਾਣੀ, ਅੱਜ ਨਹਿਰ ਖੋਦ ਕੇ ਕਾਲੇ ਅੰਬ ਰਾਹੀਂ ਕਹਿੰਦੇ ਆ ਵੀ ਜਿਹੜੀ SYL ਆ ਉਹਨੂੰ ਹਰਿਆਣੇ ਨੂੰ ਪਾਣੀ ਦਿੱਤਾ ਜਾਊਗਾ, ਕਿਉਂਕਿ ਹਰਿਆਣੇ 'ਚ ਇਲੈਕਸ਼ਨ ਆ। ਇਹਨਾਂ ਨੇ ਹਰਿਆਣੇ ਨੂੰ ਖੁਸ਼ ਕਰਨ ਲਈ ਸਾਡੇ ਪਾਣੀਆਂ 'ਤੇ ਡਾਕਾ ਮਾਰਨ ਦੀ ਸੋਚ ਬਣਾਈ ਬੈਠਿਆ, ਜਿਹੜੀ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ। ਪਹਿਲਾਂ ਤਾਂ ਸਾਨੂੰ ਸੋਕੇ 'ਚ ਡੁਬਾ ਦਿੱਤਾ, ਇਹਨਾਂ ਨੇ ਸਾਡੀਆਂ ਨਹਿਰਾਂ 'ਚ ਪਾਣੀ ਉਹ ਨਹੀਂ ਛੱਡਿਆ, ਹੁਣ ਇਹਨਾਂ ਨੇ ਸਾਨੂੰ ਡੋਬੇ 'ਚ ਦਬਾ ਦਿੱਤਾ। ਜੇ ਵਾਧੂ ਪਾਣੀਆਂ ਤਾਂ ਸਾਡੀਆਂ ਸਾਡੇ ਛੱਡਤਾ ਸਤਲੁਜ 'ਚ, ਪਰ ਨਹਿਰਾਂ ਅਜੇ ਵੀ ਖਾਲੀ ਜਾਂਦੀਆਂ ਨੇ। ਉਹ ਵੀ ਸਰਕਾਰ ਜ਼ਿੰਮੇਵਾਰ ਆ, ਪ੍ਰਸ਼ਾਸਨ ਜ਼ਿੰਮੇਵਾਰ ਆ। ਇੱਕ ਇਹਨਾਂ ਨੇ ਡੈਮ ਸੇਫਟੀ ਬਿੱਲ ਲੋਕ ਸਭਾ 'ਚ ਪਾਸ ਕੀਤਾ, ਐਡੀ ਮਾੜੀ ਗੱਲ ਆ। 13 ਦੇ 13 ਸਾਡੇ MP ਵਿੱਚੇ ਤੁਹਾਡਾ ਭਗਵੰਤ ਮਾਨ ਇੱਥੇ ਵਾਲਾ ਸਿੰਗਲ ਬੰਦਾ ਜਿਹੜਾ ਅੱਗੇ ਇੰਨਾ ਬੋਲਦਾ ਕਿਸਾਨਾਂ ਲਈ, ਉਹ ਵੀ ਗੈਰ ਹਾਜ਼ਰ। 13 ਦੇ 13 MP ਭਾਵੇਂ ਅਕਾਲੀ ਦਲ ਦਾ, ਭਾਵੇਂ ਭਾਜਪਾ ਦਾ, ਭਾਵੇਂ ਕਾਂਗਰਸ ਦਾ, ਸੇਫਟੀ ਬਿੱਲ ਲੋਕ ਸਭਾ 'ਚ ਪਾਸ ਹੋ ਗਿਆ, ਜਿਹਦੇ 'ਚ ਡੈਮਾਂ ਦਾ ਅਧਿਕਾਰ ਤਾਂ ਹੈਗਾ ਜਾਂ ਦਰਿਆਵਾਂ ਦਾ ਅਧਿਕਾਰ ਵੀ ਕੇਂਦਰ ਕੋਲ ਚਲੇ ਜਾਣਾ ਸਾਡੇ ਹੱਕਾਂ 'ਤੇ, ਇਹ ਸਿੱਧਾ ਡਾਕਾ ਪੰਜਾਬ ਦੇ ਹੱਕਾਂ 'ਤੇ ਡਾਕਾ ਜਿਹੜਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਇਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ, MPਾਂ ਨੂੰ ਮੂਹਰੇ ਲੱਗਣ ਸਾਡੇ 13 ਦੇ 13, ਬਾਕੀ ਰਾਜ ਸਭਾ ਮੈਂਬਰ ਲੱਗਣ, ਅਸੀਂ ਮਗਰ ਬੈਠਣ ਨੂੰ ਤਿਆਰ ਹਾਂ, ਵੱਡਾ ਧਰਨਾ ਲਾਉਣ ਨੂੰ ਤਿਆਰ ਹਾਂ, ਪਰ ਇਸ ਤਰ੍ਹਾਂ ਨਾ ਕਰਨ, ਪੰਜਾਬ ਨਾ ਧਰੋ ਨਾ ਕਮਾਉਣ। ਐਡੀਆਂ ਤਨਖਾਹਾਂ ਲੈਂਦੇ ਆ ਪੰਜਾਬ 'ਚੋਂ, ਜਿੱਤ ਕੇ ਲੋਕਾਂ ਨੇ ਭੇਜਿਆ, ਇਹਨਾਂ 'ਤੇ ਆਸਾਂ ਨੇ। ਦੂਜੀ ਸਾਡੀ ਮੁੱਖ ਮੰਗ ਆ ਖਸਖਸ ਦੀ ਖੇਤੀ ਦੀ, ਜਿਹੜੀ ਅਸੀਂ ਜਥੇਬੰਦੀ ਕਰ ਰਹੇ ਹਾਂ। ਅਸੀਂ ਕਹਿੰਦੇ ਹਾਂ ਵੀ ਜਿਹੜੀਆਂ ਬਾਕੀ 13 ਰਾਜਾਂ ਦੇ ਵਿੱਚ ਖਸਖਸ ਦੀ ਖੇਤੀ ਚੱਲ ਰਹੀ ਆ, ਪੰਜਾਬ ਨਾਲ ਕਿਉਂ ਧੋਖਾ।
ਉਹਦੇ ਨਾਲ ਸਾਡੀ ਜਵਾਨੀ ਅਤੇ ਕਿਸਾਨੀ ਬਚਾਈ ਜਾ ਸਕਦੀ ਹੈ। ਮੈਂ ਸਟੱਡੀ ਕਰਕੇ ਆਇਆ ਰਾਜਸਥਾਨ ਦੇ ਵਿੱਚ, 7 ਤੋਂ 8 ਲੱਖ ਰੁਪਈਆ ਸਾਲ ਦਾ ਖੇਤੀ ਨਾਲ ਸਾਨੂੰ ਬਚ ਜਾਂਦਾ। ਜਿਹੜੇ ਆ ਨਸ਼ੇ ਨੇ, ਚਿੱਟੇ ਨਸ਼ੇ ਇਹਨਾਂ ਨੇ ਪੈਦਾ ਕੀਤੇ ਹੋਏ ਨੇ, ਅਫਸਰਸ਼ਾਹੀ ਨੇ, ਪ੍ਰਸ਼ਾਸਨ ਨੇ ਪੈਦਾ ਕੀਤੇ, ਇਹਨਾਂ ਦੇ ਵਿਕਦੇ ਨੇ, ਉਹ ਬੰਦ ਹੋ ਜਾਣਗੇ। ਸਾਡੇ ਜਵਾਨ ਅੱਜ 30,000 ਮੁੰਡਾ ਜੇਲ੍ਹਾਂ 'ਚ ਬੈਠਾ, ਜਿਹਦੇ ਕੋਲ 150 ਗ੍ਰਾਮ ਫੜਿਆ ਗਿਆ, 1 ਗ੍ਰਾਮ ਫੜਿਆ ਗਿਆ, 2 ਗ੍ਰਾਮ ਫੜਿਆ ਗਿਆ, ਪਰ ਵੱਡਾ ਬੰਦਾ ਤਾਂ ਕੋਈ ਫੜਿਆ ਨਹੀਂ ਜਾਂਦਾ। ਅਸੀਂ ਇਹ ਵੀ ਮੁੱਖ ਮੰਗ ਕਰਦੇ ਹਾਂ ਅਤੇ ਨਵੰਬਰ ਦੇ ਵਿੱਚ ਅਸੀਂ ਪ੍ਰੋਗਰਾਮ ਬਣਾ ਕੇ ਹਮਖਿਆਲੀ ਜਥੇਬੰਦੀਆਂ ਨਾਲ ਐਤਕੀ ਅਸੀਂ ਖਸ ਖਸ ਵਜਾਵਾਂਗੇ ਵੀ ਇਹਦੇ ਲਈ ਲੋਕਾਂ ਨੂੰ। ਅਸੀਂ ਲਾਮਬੰਦ ਕਰਦੇ ਜ਼ਿਲ੍ਹੇ ਜ਼ਿਲ੍ਹੇ 'ਚ, ਪਿੰਡ ਪਿੰਡ 'ਚ ਤੁਰੇ ਫਿਰਦੇ ਹਾਂ ਵੀ ਲੋਕ ਲਹਿਰ ਬਣਾ ਕੇ ਅਸੀਂ ਕਿਸਾਨਾਂ ਨੂੰ ਤਕੜੇ ਕਰਕੇ ਅਸੀਂ ਕਰਜ਼ੇ ਵੀ ਮਾਫ਼ ਕਰਾਉਣੇ ਹਾਂ। ਜਿਹੜਾ ਕੈਪਟਨ ਸਰਕਾਰ ਸਾਡੇ ਨਾਲ ਵਾਅਦੇ ਕਰਕੇ ਮੁੱਕਰੀ ਆ, ਅਸੀਂ ਇਹਨੂੰ ਭੱਜਣ ਨਹੀਂ ਦੇਵਾਂਗੇ, ਕਿਉਂਕਿ ਸਾਡੇ 'ਤੇ ਕਰਜ਼ੇ ਬਹੁਤ ਚੜ ਗਏ, ਕਿਸਾਨ ਖੁਦਕੁਸ਼ੀਆਂ ਕਰ ਰਿਹਾ। ਇਵੇਂ ਹੀ ਅਸੀਂ ਸਵਾਮੀਨਾਥਨ ਕਮਿਸ਼ਨ ਸੈਂਟਰ ਤੋਂ ਪਾਸ ਕਰਾਉਣਾ, ਉਹਨਾਂ ਤੋਂ ਸੈਂਟਰ ਤੋਂ ਸਵਾਮੀਨਾਥਨ ਕਰਾਉਣਾ, ਅਤੇ ਇਹਨਾਂ ਤੋਂ ਅਸੀਂ ਕਰਜ਼ੇ ਮਾਫ਼ ਕਰਾਉਣੇ ਨੇ। ਇਹ ਮੰਗਾਂ ਨੂੰ ਲੈ ਕੇ ਅਸੀਂ ਵੱਡਾ ਜਹਾਜ਼ ਛੇੜਨ ਜਾ ਰਹੇ ਹਾਂ, ਜਿਹਦੀ ਜ਼ਿੰਮੇਵਾਰੀ ਸਰਕਾਰ ਨੂੰ ਹੋਊ। ਅੱਜ ਅਸੀਂ ਮੈਮੋਰੈਂਡਮ ਦੇਣ ਆਏ ਹਾਂ, ਸਰਕਾਰ ਦੀ ਜ਼ਿੰਮੇਵਾਰੀ ਫਿਕਸ ਕਰਨਾ। ਪ੍ਰਧਾਨ ਵੀਕੇ ਜੀ ਲੱਖੋ, ਕਿਹੜਾ ਅੱਜ ਤੁਸੀਂ ਧਰਨਾ ਲਾ ਰਹੇ ਹੋ, ਕਿਹੜੀਆਂ ਮੰਗਾਂ ਲੈ ਕੇ ਲਾ ਰਹੇ ਹੋ? ਸਾਡੀਆਂ ਵੱਡੀਆਂ ਮੰਗਾਂ ਨੇ, ਇੱਕ ਤਾਂ ਜਿਹੜੀ ਬਿਜਲੀ ਹੋਰ ਸੂਬਿਆਂ 'ਚ ਸਸਤੀ ਆ, ਆਪਣੇ ਮਹਿੰਗੀ ਆ। 48 ਪੈਸੇ ਯੂਨਿਟ ਪੰਜਾਬ ਖਰੀਦ ਰਿਹਾ ਹੈਗਾ, 50 ਪੈਸੇ ਦਿੱਲੀ ਖਰੀਦ ਰਹੀ ਆ, ਉੱਥੇ 2 ਰੁਪਈਏ ਯੂਨਿਟ ਅਤੇ ਇੱਥੇ 8 ਤੋਂ 10 ਰੁਪਈਏ ਯੂਨਿਟ। ਇੱਕ ਤਾਂ ਵੱਡੀ ਮੰਗ ਲੈ ਕੇ ਆਏ ਜਿਹੜੀ ਘਰੇਲੂ ਬਿਜਲੀ ਉਹ ਸਸਤੀ ਕੀਤੀ ਜਾਵੇ, ਅਤੇ ਇੱਕ ਬਰਨਾਲੇ ਜ਼ਿਲ੍ਹੇ ਦੀ ਜਿਹੜੀ ਵੱਡੀ ਮੰਗ ਆ, ਇੱਥੇ ਕਾਲਾ ਪੀਲੀਆ, ਕੈਂਸਰ, ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਬਰਨਾਲੇ ਜ਼ਿਲ੍ਹੇ ਦੇ ਲੋਕ ਜੂਝ ਰਹੇ ਆ, ਕਿਉਂਕਿ ਇੱਥੇ ਇੱਕ ਟਰਾਈਡੈਂਟ ਫੈਕਟਰੀ ਆ ਜਿਹੜੀ ਸਰਮਾਏਦਾਰ ਟੋਲੇ ਦੀ, ਪ੍ਰਸ਼ਾਸਨ ਨਾਲ ਰਲ ਕੇ ਚੱਲ ਰਹੀ ਆ, ਸਰਕਾਰਾਂ ਨਾਲ ਰਲ ਕੇ ਚੱਲ ਰਹੀ ਆ। ਉਹ ਐਡਾ ਬੰਦਾ ਆਪਦੇ ਆਪ ਨੂੰ ਸਰਕਾਰਾਂ 'ਚ ਕਹਾਉਂਦਾ ਗਾ, ਪਿਛਲੀ ਸਰਕਾਰ 'ਚ ਵੀ ਗੁਪਤਾ ਚੇਅਰਮੈਨ ਰਿਹਾ, ਹੁਣ ਵੀ ਚੇਅਰਮੈਨ, ਉਹਨੂੰ ਕੋਈ ਡਰ ਨਹੀਂ। ਸਰਕਾਰ ਇੱਥੋਂ ਦੀ ਸੁੱਤੀ ਪਈ ਆ, ਲੋਕਾਂ ਦੀ ਸਿਹਤ ਦਾ ਖਿਲਵਾੜ ਹੋ ਰਿਹਾ, ਬੋਰ ਕਰਕੇ ਵੱਡੇ ਵੱਡੇ 40-40 ਇੰਚੀ ਬੋਰ ਕਰਕੇ ਸਿੱਧਾ ਪਾਣੀ ਥੱਲੇ ਸਿੱਟਿਆ ਜਾ ਰਿਹਾ ਹੈਗਾ। ਅਤੇ ਨਾਲ ਹੀ ਇਹਨਾਂ ਨੂੰ ਇਹ ਸੀ, ਨਾਲ ਹੀ ਅਸੀਂ ਮੰਗ ਇਹ ਕਰਦੇ ਹਾਂ ਵੀ ਜਿਹੜੀ ਇਹ ਫੈਕਟਰੀ ਹੈ ਬੰਦ ਹੋਣੀ ਚਾਹੀਦੀ ਹੈ ਅਤੇ ਕਾਰਵਾਈ ਹੋਣੀ ਚਾਹੀਦੀ ਆ। ਜਿਹੜਾ ਪਾਣੀ ਹੈ ਉਹ ਵੀ ਸਿੱਧਾ ਇਹ ਡਰੇਨ 'ਚ ਸੁੱਟ ਰਿਹਾ ਗੰਦਾ ਪਾਣੀ, ਉਹ ਆਪਾਂ ਰੀਚਾਰਜ ਕਰਕੇ ਸੁੱਟ ਸਕਦੇ ਹਾਂ। ਬਕਾਇਦਾ ਇਹਨਾਂ ਲਈ ਰੂਲ ਬਣਿਆ, ਪਰ ਟਰਾਈਡੈਂਟ ਲਈ ਕੋਈ ਰੂਲ ਨਹੀਂ ਗਾ। ਇਹਨਾਂ ਨੇ 377 ਏਕੜ ਜ਼ਮੀਨ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਜਬਰੀ ਅਕਵਾਇਰ ਕਿਸਾਨਾਂ ਤੋਂ ਕਰੀ ਆ। ਕਿਸਾਨਾਂ ਦੇ ਇਹਨਾਂ ਨੇ ਗੋਲੀਆਂ ਮਾਰੀਆਂ ਨੇ, ਲਾਠੀ ਚਾਰਜ ਕੀਤਾ, ਧੱਕੇ ਨਾਲ ਜ਼ਮੀਨ ਆ ਧੋਲੇ ਵਾਲੀ ਅਕਵਾਇਰ ਕਰ ਲਈ ਆ 377 ਏਕੜ। ਉੱਥੇ ਸਾਡੇ ਇਹਨਾਂ ਨੇ ਵਾਅਦਾ ਕੀਤਾ ਸੀ ਵੀ ਇੱਥੇ ਸ਼ੂਗਰ ਮਿੱਲ ਲਾਵਾਂਗੇ, ਉੱਥੇ ਕੋਈ ਸ਼ੂਗਰ ਮਿੱਲ ਨਹੀਂ, ਸਿੱਧੀ ਖੇਤੀ ਕੀਤੀ ਜਾ ਰਹੀ ਹੈ, ਤੁਸੀਂ ਜਾ ਕੇ ਦੇਖ ਸਕਦੇ ਹੋ। ਚਿਮਨੀਆਂ ਦਾ ਧੂੰਆਂ ਜਿਹੜਾ ਪ੍ਰਦੂਸ਼ਣ ਕਰ ਰਿਹਾ ਵਾਤਾਵਰਨ ਨੂੰ ਹਰ ਰੋਜ਼। ਅਤੇ ਨਾਲ ਹੀ ਸਾਡੀ ਮੰਗ ਇਹ ਆ ਵੀ ਸਾਨੂੰ ਪਾਣੀ ਨਹੀਂ ਪਹੁੰਚ ਰਿਹਾ ਖੇਤਾਂ ਦੇ ਵਿੱਚ, ਉੱਥੇ ਸਿੱਧਾ ਰਜਵਾਹ 24 ਘੰਟੇ ਸਰਕਾਰ ਉਹਨੂੰ ਪਾਣੀ ਦੇ ਰਹੀ ਆ ਟਰਾਈਡੈਂਟ ਵਾਲੇ ਨੂੰ। ਅਸੀਂ ਮੰਗ ਕਰਨ ਆਏ ਹਾਂ, ਵੱਡੀ ਗਿਣਤੀ ਡੀਸਾ ਨੂੰ ਵੀ ਮੈਮੋਰੈਂਡਮ ਲਿਖਿਆ ਹੈਗਾ, ਪੰਜਾਬ ਸਰਕਾਰ ਨੂੰ ਲਿਖਿਆ ਹੈਗਾ, ਅਸੀਂ ਲੀਗਲ ਤੌਰ 'ਤੇ ਵੀ ਇਹਦੇ ਖਿਲਾਫ ਜਾਵਾਂਗੇ ਜੇ ਸਾਡੀ ਮੰਗ ਨਾ ਮੰਨੀ, ਵੀ ਤੁਰੰਤ ਟਰਾਈਡੈਂਟ ਦੇ ਖਿਲਾਫ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ, ਫੈਕਟਰੀ ਬੰਦ ਕੀਤੀ ਜਾਵੇ, ਕਿਉਂਕਿ ਪ੍ਰਦੂਸ਼ਣ ਬਰਨਾਲੇ ਜ਼ਿਲ੍ਹੇ 'ਚ ਹੋ ਰਿਹਾ ਹੈਗਾ, ਪੰਜਾਬ 'ਚ ਹੋ ਰਿਹਾ ਹੈਗਾ। ਜਿਹੜੇ ਉੱਥੋਂ ਦੇ ਲੋਕ ਇਹਨਾਂ ਨੇ ਰੱਖਿਆ ਤਨਖਾਹਾਂ ਦੇ, ਉਹ ਸਾਰੇ ਤੁਸੀਂ ਜਾ ਕੇ ਦੇਖ ਲਓ, ਬਾਹਰਲੀਆਂ ਸਟੇਟਾਂ ਦੇ ਆ, ਕੋਈ ਹਰਿਆਣੇ ਦਾ ਕੁਝ। ਕੀ ਪ੍ਰਭਾਵ ਪੈ ਰਿਹਾ ਖੇਤੀ ਦੇ ਉੱਪਰ? ਖੇਤੀ ਦੇ ਉੱਪਰ ਪ੍ਰਭਾਵ ਸਾਡੇ ਇਹ ਪੈ ਰਿਹਾ ਵੀ ਸਾਨੂੰ ਤਾਂ ਹੁਣ ਆ ਮੂਹਰੇ ਪਰਾਲੀ ਨੂੰ ਅੱਗ ਲਾਉਣੀ ਹੈ। ਕਿਸਾਨਾਂ 'ਤੇ ਜਬਰੀ ਪਰਚੇ ਦਊਗਾ ਪ੍ਰਸ਼ਾਸਨ, ਸਾਨੂੰ ਨੋਟਿਸ ਭੇਜੂਗਾ, ਪਰ ਹੁਣ ਪ੍ਰਸ਼ਾਸਨ ਕਿੱਥੇ ਸੁੱਤਾ ਪਿਆ ਗਿਆ? ਟਰਾਈਡੈਂਟ ਦਾ 24 ਘੰਟੇ ਦੂਸ਼ਿਤ ਪਾਣੀ ਸਾਡੇ ਕੋਲ ਵੀਡੀਓ, ਅਸ ਨੂੰ ਭੇਜ ਦਿੰਦੇ ਹਾਂ, 24 ਘੰਟੇ ਪਾਣੀ ਜਿਹੜਾ ਇਹਨਾਂ ਦਾ ਧੂੰਆਂ ਚਿਮਨੀਆਂ ਰਾਹੀਂ ਜਾ ਰਿਹਾ ਹੈਗਾ। ਅਤੇ ਜਿਹੜਾ ਸਾਡਾ ਸਿਹਤ ਦਾ ਖਿਲਵਾੜ ਹੋ ਰਿਹਾ, ਵੱਡੀ ਗੱਲ ਇਹ ਆ, ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਵੀ ਕੈਂਪ ਪਿੰਡਾਂ 'ਚ ਲਗਾਏ ਜਾਣ, ਸਰਵੇ ਕਰਾਏ ਜਾਣ ਵੀ ਕਿੰਨੇ ਲੋਕ ਪੀੜਿਤ ਨੇ ਬਰਨਾਲੇ ਜ਼ਿਲ੍ਹੇ 'ਚ। ਲੋਕਾਂ ਦੀ ਜੇਬ 'ਤੇ ਸਿੱਧਾ ਡਾਕਾ ਹੈਗਾ ਇੱਕ ਟਰਾਈਡੈਂਟ ਨੂੰ ਚਲਾਉਣ ਲਈ। ਪ੍ਰਸ਼ਾਸਨ ਦੇ ਅਸੀਂ ਅੱਜ ਗੁੱਸੇ 'ਚ ਪ੍ਰਸ਼ਾਸਨ ਦੇ ਖਿਲਾਫ਼ ਆਏ ਹਾਂ ਵੀ ਪ੍ਰਸ਼ਾਸਨ ਕਿੱਥੇ ਆ, ਕਿਉਂਕਿ ਪਾਣੀ ਦੀ ਬੋਤਲ ਇੱਥੋਂ ਦਾ SSB ਪੀਂਦਾ ਹੈਗਾ, DCB ਪੀਂਦਾ ਹੈਗਾ, ਜਾਂ ਤਾਂ ਇਹ ਦੱਸ ਦੇਵੇ ਪ੍ਰਸ਼ਾਸਨ ਇੱਥੋਂ ਦਾ, SDM ਦੱਸ ਦੇਵੇ, DC ਦੱਸ ਦੇਵੇ, SSB ਸਾਹਿਬ ਦੱਸ ਦੇਣ ਵੀ ਇਹ ਪਾਣੀ ਜਾਂ ਤਾਂ ਹੋਰ ਜ਼ਿਲ੍ਹਿਆਂ 'ਚੋਂ ਮੰਗਾ ਕੇ ਪੀਂਦੇ ਆ।
ਕਿਉਂਕਿ ਬਰਨਾਲੇ ਜ਼ਿਲ੍ਹੇ ਦਾ ਪਾਣੀ ਇੰਨਾ ਖਰਾਬ ਹੋ ਚੁੱਕਿਆ ਹੈਗਾ। ਇੱਕ ਤਾਂ ਪਹਿਲਾਂ ਅਸੀਂ ਡਾਰਕ ਜ਼ੋਨ 'ਚ ਪਾਤੇ ਹਾਂ, ਪਾਣੀ ਦਾ ਲੈਵਲ ਥੱਲੇ ਜਾ ਚੁੱਕਿਆ। ਇੱਕ ਜਿਹੜਾ ਪਾਣੀ ਮਾੜਾ ਮੋਟਾ ਹੈਗਾ ਗਾ ਉਹ ਟਰਾਈਡੈਂਟ ਨੇ ਦੂਸ਼ਿਤ ਕਰਤਾ ਗਾ। ਵੱਡੀ ਮੰਗ ਅਸੀਂ ਇਹ ਲੈ ਕੇ ਹਾਂ ਵੀ ਟਰਾਈਡੈਂਟ ਦੇ ਖਿਲਾਫ਼ ਕਾਰਵਾਈ ਕਰੀ ਜਾਵੇ, ਨਹੀਂ ਤਾਂ ਅਸੀਂ ਅਲਟੀਮੇਟਮ ਦੇਣਾ ਆ। ਆਉਣ ਵਾਲੇ ਦਿਨਾਂ 'ਚ ਅਸੀਂ ਟਰਾਈਡੈਂਟ ਦੇ ਖਿਲਾਫ਼ ਪੰਜਾਬ ਪੱਧਰੀ ਧਰਨੇ ਲਾਵਾਂਗੇ, ਕਿਉਂਕਿ ਬੋਰ ਵੀ ਸਾਡੇ ਖੜ੍ਹ ਗਏ ਆ। ਟਰਾਈਡੈਂਟ ਦਾ ਮਾਲਕ ਕਿਸਾਨਾਂ ਨੂੰ ਗੁੰਮਰਾਹ ਕਰ ਰਿਹਾ ਹੈਗਾ। ਜਿਹਦੇ ਬੋਰ 'ਚੋਂ ਝੱਗ ਆਉਣ ਲੱਗ ਜਾਂਦੀ ਆ, ਬੋਰ ਖੜ੍ਹ ਜਾਂਦਾ, ਉਹਨੂੰ ਇਹ ਬੋਰ ਚੋਰੀ ਸਾਤੋਂ ਫ੍ਰੀ ਕਰਾ ਕੇ ਦੇ ਰਿਹਾ ਹੈਗਾ। ਕਿਸਾਨ ਵਿਚਾਰੇ ਚੁੱਪ ਹੋ ਜਾਂਦੇ, ਉਹਨਾਂ ਨੂੰ ਕੋਈ ਹੱਲ ਨਹੀਂ ਲੱਭ ਰਿਹਾ। ਤੁਸੀਂ ਬੋਰਾਂ ਦੇ ਵਿੱਚ ਜਾ ਕੇ ਦੇਖ ਲਓ, ਸਿੱਧੀ ਝੱਗ ਆਉਣ ਲੱਗ ਜਿੰਨੇ ਟਰਾਈਡੈਂਟ ਦੇ ਨਾਲ ਬੋਰ ਆ ਸਾਡੇ।